ਇਹ ਅਸੀਂ ਤਾਂ ਕਰ ਰਹੇ ਹਾਂ, ਜਿਹੜੇ ਵੀ ਦੁਕਾਨਦਾਰ ਵੀਰਾਂ ਨੂੰ ਐਂ ਲੱਗਦਾ ਸੀ ਜਾਂ ਭਾਵੇਂ ਇੱਥੇ ਵਪਾਰੀ ਵਰਗ ਆ ਭਾਵੇਂ ਦੁਕਾਨਦਾਰ ਆ, ਜਿਵੇਂ ਕਿ ਕਿਸਾਨਾਂ ਨੂੰ ਮੰਡੀਆਂ 'ਚ ਰੋਲਿਆ ਗਿਆ ਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਦੁਕਾਨਾਂ ਦਾ ਭੋਗ ਪਾਉਣਾ, ਵੱਡੇ ਮਾਲ ਖੁੱਲ੍ਹ ਜਾਣੇ ਇੱਥੇ, ਜਿਹੜੇ ਆ ਵੱਡੇ ਵੱਡੇ ਹਾਈਵੇ ਕੈਂਪੀ ਵਰਗੇ ਰੋਡ ਬਣ ਰਹੇ ਆ ਉਹ ਇਹਨਾਂ ਦੇ ਮੁਨਾਫਿਆਂ ਲਈ ਖੁੱਲ੍ਹ ਰਹੇ ਆ, ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਵੱਡੇ ਵੱਡੇ ਮਾਲ ਖੁੱਲ੍ਹਣੇ ਆ ਜਿਹਨਾਂ ਦੀ ਆਵਾਜਾਈ ਦੇ ਵਿੱਚ ਕੱਚੇ ਮਾਲ ਤੇ ਪੱਕੇ ਮਾਲ ਦੀ ਧੋਆ ਧੁਆਈ ਹੋਇਆ ਕਰਨੀ ਆ, ਉਸ ਕਰਕੇ ਅਸੀਂ ਲੀਫਲੈਟ ਰਾਹੀਂ ਇਹ ਦੁਕਾਨਦਾਰ ਵੀਰਾਂ ਨੂੰ ਜਗਾਉਣ ਆਏ ਆ, ਜਿਹੜਾ ਹੱਥ ਪਰਚਾ ਦਿੱਤਾ ਇਹਨਾਂ ਨੂੰ ਦੱਸਿਆ ਵੀ ਜਿਹੜੀ ਵੱਡੀ ਲੁੱਟ ਹੋਣੀ ਆ ਕਿਸੇ ਦੇ ਵਿਆਹ ਦਾ ਸਮਾਨ ਆ, ਜੇ ਇੱਕ ਮਾਲ ਦੇ ਵਿੱਚ ਕਿਸਾਨ ਭਾਵੇਂ ਮਜ਼ਦੂਰ ਸਮਾਨ ਖਰੀਦਣ ਵੜ ਗਿਆ, ਸਾਰੀ ਖਰੀਦੋ ਫਰੋਸ ਤੋਂ ਇੱਕ ਮਾਲ ਤੋਂ ਹੋ ਜਾ ਕਰਨੀਆਂ, ਇੱਥੇ ਛੋਟੇ ਦੁਕਾਨਦਾਰ ਤੇ ਵਪਾਰੀਆਂ ਦਾ ਭੋਗ ਪੈ ਜਾਣਾ, ਨਾਲ ਸਾਡੇ ਜਿਹੜੇ ਰੇਹੜੀ ਚਾਲਕ ਵੀਰ ਆ ਉਹਨਾਂ ਦਾ ਭੋਗ ਵੀ, ਇਹਨਾਂ ਨੇ ਰੁਜ਼ਗਾਰ ਤੇ ਡਾਕਾ ਗਾ ਵੱਡਾ, ਇਸ ਕਰਕੇ ਇੱਥੇ ਇਹਨਾਂ ਨੂੰ ਜਾਗਰਤ ਕਰਨ ਆਇਆ ਵੀ ਤੁਹਾਨੂੰ ਉੱਠਣ ਦੀ ਲੋੜ ਆ, ਆਪਣਾ ਦੀਆਂ ਜਥੇਬੰਦੀਆਂ ਬਣਾਓ ਆ ਕੇ ਇਸ ਭੋਗ ਦਾ ਹਿੱਸਾ ਬਣੋ, ਜਿਸ ਕਰਕੇ ਅਗਰ ਆਹਾਂ ਜਥੇਬੰਦੀ ਦੇ ਆਗੂ ਘਰ ਘਰ ਜਾ ਕੇ ਦੁਕਾਨ ਦੁਕਾਨ ਤੇ ਤੁਹਾਨੂੰ ਸੁਚੇਤ ਕਰਨ ਆਏ ਆ। ਮੈਂ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜ਼ਿਲ੍ਹਾ ਬਰਨਾਲਾ। ਅੱਜ ਅਸੀਂ ਇੱਕ ਹੱਥ ਪਰਚਾ ਵੰਡ ਰਹੇ ਹਾਂ ਬਾਜ਼ਾਰ ਦੇ ਵਿੱਚ, ਜਿਹੜਾ ਕਿ ਬਾਜ਼ਾਰ ਸ਼ਹਿਰ ਨਿਵਾਸੀਆਂ ਨੂੰ ਦੱਸਣ ਆਏ ਹੈ ਕਿ ਵੱਡੀਆਂ ਐਮਾਜ਼ੋਨ ਵਰਗੀਆਂ, ਫਲਿੱਪਕਾਰਟ ਵਰਗੀਆਂ, ਵਾਲਮਾਰਟ ਵਰਗੀਆਂ ਕੰਪਨੀਆਂ ਆ ਰਹੀਆਂ ਭਾਰਤ 'ਚ, ਅਤੇ ਇੱਥੋਂ ਦੇ ਹਾਕਮ ਸਾਰੇ ਵੋਟਾਂ ਵਾਲੇ ਲਿਆ ਰਹੇ ਹੈ, ਉਹਨਾਂ ਨੇ ਆਹ ਸਾਰੇ ਬਾਜ਼ਾਰ ਤਬਾਹ ਕਰ ਦੇਣੇ ਹੈ। ਇਹ ਉਹਨਾਂ ਨੂੰ ਸੁਚੇਤ ਕਰਨ ਆਏ ਆ ਵੀ ਆਓ ਰਲ ਕੇ ਹੰਬਲਾ ਮਾਰ ਗਏ, ਇਹਨਾਂ ਕੰਪਨੀਆਂ ਨੂੰ ਵਾਪਸ ਧਰਗੇ ਅਤੇ ਉਹਨਾਂ ਸਮਝੌਤਿਆਂ ਨੂੰ, ਉਹਨਾਂ ਨੀਤੀਆਂ ਨੂੰ ਰੱਦ ਕਰਾ ਕੇ ਜਿਹੜੀਆਂ ਇਹ ਲਿਆ ਰਹੀਆਂ। ਕਿਉਂਕਿ ਜੇ ਮੈਂ ਇੱਕੋ ਹੀ ਕੰਪਨੀ ਦੀ ਉਦਾਹਰਨ ਦੇ ਦਿਆਂ, ਜੋ ਐਮਾਜ਼ੋਨ ਕੰਪਨੀ ਆ 1624 ਕਰੋੜ ਇੱਕ ਦਿਨ ਦਾ ਸ਼ੁੱਧ ਮੁਨਾਫਾ ਹੈ ਉਹਦਾ, ਅਤੇ ਜੋ ਭਾਰਤ 'ਚ 500 ਕਰੋੜ ਰੁਪਈਆ ਰੋਜ਼ ਘਾਟਾ ਪਾ ਕੇ ਵੀ ਆਪਦਾ ਮਾਲ ਵੇਚ ਦੂ, ਤਾਂ 6 ਮਹੀਨਿਆਂ 'ਚ ਸਾਰਾ ਕੁਛ ਤਬਾਹ ਕਰਕੇ ਅਤੇ ਉਦੋਂ ਬਾਅਦ ਉਹ ਸਾਰਾ ਕੁਛ ਮੰਡਵਾ ਕੇ ਲੈ ਜੂ, ਲੁੱਟ ਕੇ ਲੈ ਜੂ ਸਾਡੇ ਲਈ। ਇਹ ਸਾਰੇ ਸ਼ਹਿਰਾਂ 'ਚ ਬਣਾਂਗੇ, ਪਰ ਜ਼ਿਮਨੀ ਚੋਣ ਕਰਕੇ ਇੱਥੇ ਵੰਡਿਆ ਗਿਆ। ਇਹ ਅਸੀਂ ਤਾਂ ਕਰ ਰਹੇ ਹਾਂ, ਜਿਹੜੇ ਵੀ ਦੁਕਾਨਦਾਰ ਵੀਰਾਂ ਨੂੰ ਐਂ ਲੱਗਦਾ ਸੀ ਜਾਂ ਭਾਵੇਂ ਇੱਥੇ ਵਪਾਰੀ ਵਰਗ ਆ ਭਾਵੇਂ ਦੁਕਾਨਦਾਰ ਆ, ਜਿਵੇਂ ਕਿ ਕਿਸਾਨਾਂ ਨੂੰ ਮੰਡੀਆਂ 'ਚ ਰੋਲਿਆ ਗਿਆ ਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਦੁਕਾਨਾਂ ਦਾ ਭੋਗ ਪਾਉਣਾ, ਵੱਡੇ ਮਾਲ ਖੁੱਲ੍ਹ ਜਾਣੇ ਇੱਥੇ, ਜਿਹੜੇ ਆ ਵੱਡੇ ਵੱਡੇ ਹਾਈਵੇ ਕੈਂਪੀ ਵਰਗੇ ਰੋਡ ਬਣ ਰਹੇ ਆ ਉਹ ਇਹਨਾਂ ਦੇ ਮੁਨਾਫਿਆਂ ਲਈ ਖੁੱਲ੍ਹ ਰਹੇ ਆ, ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਵੱਡੇ ਵੱਡੇ ਮਾਲ ਖੁੱਲ੍ਹਣੇ ਆ ਜਿਹਨਾਂ ਦੀ ਆਵਾਜਾਈ ਦੇ ਵਿੱਚ ਕੱਚੇ ਮਾਲ ਤੇ ਪੱਕੇ ਮਾਲ ਦੀ ਧੋਆ ਧੁਆਈ ਹੋਇਆ ਕਰਨੀ ਆ, ਉਸ ਕਰਕੇ ਅਸੀਂ ਲੀਫਲੈਟ ਰਾਹੀਂ ਇਹ ਦੁਕਾਨਦਾਰ ਵੀਰਾਂ ਨੂੰ ਜਗਾਉਣ ਆਏ ਆ, ਜਿਹੜਾ ਹੱਥ ਪਰਚਾ ਦਿੱਤਾ ਇਹਨਾਂ ਨੂੰ ਦੱਸਿਆ ਵੀ ਜਿਹੜੀ ਵੱਡੀ ਲੁੱਟ ਹੋਣੀ ਆ ਕਿਸੇ ਦੇ ਵਿਆਹ ਦਾ ਸਮਾਨ ਆ, ਜੇ ਇੱਕ ਮਾਲ ਦੇ ਵਿੱਚ ਕਿਸਾਨ ਭਾਵੇਂ ਮਜ਼ਦੂਰ ਸਮਾਨ ਖਰੀਦਣ ਵੜ ਗਿਆ, ਸਾਰੀ ਖਰੀਦੋ ਫਰੋਸ ਤੋਂ ਇੱਕ ਮਾਲ ਤੋਂ ਹੋ ਜਾ ਕਰਨੀਆਂ, ਇੱਥੇ ਛੋਟੇ ਦੁਕਾਨਦਾਰ ਤੇ ਵਪਾਰੀਆਂ ਦਾ ਭੋਗ ਪੈ ਜਾਣਾ, ਨਾਲ ਸਾਡੇ ਜਿਹੜੇ ਰੇਹੜੀ ਚਾਲਕ ਵੀਰ ਆ ਉਹਨਾਂ ਦਾ ਭੋਗ ਵੀ, ਇਹਨਾਂ ਨੇ ਰੁਜ਼ਗਾਰ ਤੇ ਡਾਕਾ ਗਾ ਵੱਡਾ, ਇਸ ਕਰਕੇ ਇੱਥੇ ਇਹਨਾਂ ਨੂੰ ਜਾਗਰਤ ਕਰਨ ਆਇਆ ਵੀ ਤੁਹਾਨੂੰ ਉੱਠਣ ਦੀ ਲੋੜ ਆ, ਆਪਣਾ ਦੀਆਂ ਜਥੇਬੰਦੀਆਂ ਬਣਾਓ ਆ ਕੇ ਇਸ ਭੋਗ ਦਾ ਹਿੱਸਾ ਬਣੋ, ਜਿਸ ਕਰਕੇ ਅਗਰ ਆਹਾਂ ਜਥੇਬੰਦੀ ਦੇ ਆਗੂ ਘਰ ਘਰ ਜਾ ਕੇ ਦੁਕਾਨ ਦੁਕਾਨ ਤੇ ਤੁਹਾਨੂੰ ਸੁਚੇਤ ਕਰਨ ਆਇਆ। ਮੈਂ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜ਼ਿਲ੍ਹਾ ਬਰਨਾਲਾ। ਅੱਜ ਅਸੀਂ ਇੱਕ ਹੱਥ ਪਰਚਾ ਵੰਡ ਰਹੇ ਹਾਂ ਬਾਜ਼ਾਰ ਦੇ ਵਿੱਚ, ਜਿਹੜਾ ਕਿ
ਬਾਜ਼ਾਰ ਸ਼ਹਿਰ ਨਿਵਾਸੀਆਂ ਨੂੰ ਦੱਸਣ ਆਏ ਹੈ ਕਿ ਵੱਡੀਆਂ ਐਮਾਜ਼ੋਨ ਵਰਗੀਆਂ ਫਲਿੱਪਕਾਰਟ ਵਰਗੀਆਂ ਵਾਲਮਾਰਟ ਵਰਗੀਆਂ ਕੰਪਨੀਆਂ ਆ ਰਹੀਆਂ ਭਾਰਤ 'ਚ ਅਤੇ ਇੱਥੋਂ ਦੇ ਹਾਕਮ ਸਾਰੇ ਵੋਟਾਂ ਵਾਲੇ ਲਿਆ ਰਹੇ ਹੈ, ਉਹਨਾਂ ਨੇ ਆਹ ਸਾਰੇ ਬਾਜ਼ਾਰ ਤਬਾਹ ਕਰ ਦੇਣੇ ਹੈ। ਇਹ ਉਹਨਾਂ ਨੂੰ ਸੁਚੇਤ ਕਰਨ ਆਏ ਆ ਵੀ ਆਓ ਰਲ ਕੇ ਹੰਭਲਾ ਮਾਰ ਗਏ, ਇਹਨਾਂ ਕੰਪਨੀਆਂ ਨੂੰ ਵਾਪਸ ਧਰ ਗਏ ਅਤੇ ਉਹਨਾਂ ਸਮਝੌਤਿਆਂ ਨੂੰ ਉਹਨਾਂ ਨੀਤੀਆਂ ਨੂੰ ਰੱਦ ਕਰਾ ਕੇ ਜਿਹੜੀਆਂ ਇਹ ਲਿਆ ਰਹੀਆਂ। ਕਿਉਂਕਿ ਜੇ ਮੈਂ ਇੱਕੋ ਹੀ ਕੰਪਨੀ ਦੀ ਉਦਾਹਰਣ ਦੇ ਦਿਆਂ, ਜੋ ਐਮਾਜ਼ੋਨ ਕੰਪਨੀ ਆ 1624 ਕਰੋੜ ਇੱਕ ਦਿਨ ਦਾ ਸ਼ੁੱਧ ਮੁਨਾਫਾ ਹੈ ਉਹਦਾ, ਅਤੇ ਜੋ ਭਾਰਤ 'ਚ 500 ਕਰੋੜ ਰੁਪਈਆ ਰੋਜ਼ ਘਾਟਾ ਪਾ ਕੇ ਵੀ ਆਪਦਾ ਮਾਲ ਵੇਚ ਦੂ, ਤਾਂ 6 ਮਹੀਨਿਆਂ ਸਾਰਾ ਕੁਛ ਤਬਾਹ ਕਰਕੇ ਅਤੇ ਉਸ ਤੋਂ ਬਾਅਦ ਉਹ ਸਾਰਾ ਕੁਛ ਮੰਡਵਾ ਕੇ ਲੈ ਜੂ, ਲੁੱਟ ਕੇ ਲੈ ਜੂ ਸਾਡੇ ਲਈ। ਇਹ ਸਾਰੇ ਸ਼ਹਿਰਾਂ 'ਚ ਬਣਾਂਗੇ, ਪਰ ਜ਼ਿਮਨੀ ਚੋਣ ਕਰਕੇ ਇੱਥੇ ਵੰਡਿਆ ਗਿਆ।